ਲਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ। ਮੈਂ ਤੁਹਾਡਾ ਛੋਟਾ ਭਰਾ ਮਨਪਾਲ ਸਿੰਘ ਬੱਬੂ ਤੇ ਆਪਾਂ ਖੜੇ ਤਲਵੰਡੀ ਸਾਬ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਹੁੰਦੀ ਹੈ ਤੇ ਬਾਈ ਆਪਣੇ ਨਾਲ ਆ ਕਰਦੇ ਆ ਗੱਲਬਾਤ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਪੁੱਛਦੇ ਕਿੰਨੇ ਟਰੈਕਟਰ ਲੈ ਕੇ ਆਏ ਆ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਬਾਈ ਜੀ? ਠੀਕ ਹੈ ਜੀ, ਵਧੀਆ ਜਮਾ ਚੜ੍ਹਦੀ ਕਰਾ। ਤੇ ਕਿੰਨੇ ਟਰੈਕਟਰ ਨੇ ਬਾਈ ਜੀ ਅੱਜ? ਆਪਾਂ ਨੂੰ 4-5 ਟਰੈਕਟਰ ਆ ਜੀ। ਠੀਕ ਆ ਜੀ। ਤੇ ਕਾਪੀ ਆ ਜਾਂਦੇ ਬਾਈ ਜੀ? ਓਕੇ, ਸਾਰੇ ਕਾਪੀ ਆ ਜਾਂਦੇ। ਠੀਕ ਹੈ ਜੀ। ਗਰੰਟੀ ਹੈ ਬਾਈ ਜੀ? ਫੁੱਲ ਗਰੰਟੀ। ਠੀਕ ਹੈ ਜੀ। ਤੇ ਪੰਜਾਬ ਜਾਂ ਹਰਿਆਣਾ ਨੰਬਰ ਬਾਈ ਜੀ? ਨਹੀਂ, ਇਹ ਇਕੱਲਾ ਹਰਿਆਣਾ ਨੰਬਰ ਆ ਜੀ, ਬਾਕੀ ਪੰਜਾਬ ਨੰਬਰ। ਤੇ ਮੇਨ ਲੋਕੇਸ਼ਨ ਬਾਈ ਜੀ ਕੀ ਆਪਣੀ? ਇੱਥੇ ਤਲਵੰਡੀ ਹੁੰਦੇ ਆ ਜੀ। ਹੁਣ ਤਾਂ ਮੇਰਾ ਪਿੰਡ ਕਮਾਲ ਹੈ, 120 ਕਿਲੋਮੀਟਰ ਸਾਈਡ ਤੇ ਆ ਜੀ। ਠੀਕ ਹੈ ਜੀ। ਤੇ ਟਰੈਕਟਰ ਹੋ ਰਹੀ ਹੁੰਦੇ? ਟਰੈਕਟਰ ਇੱਥੇ ਹੁੰਦੇ ਜੀ ਆਪਣੇ। ਠੀਕ ਹੈ ਜੀ। ਚਲੋ ਬਾਈ ਜੀ, ਆਪਾਂ ਸਟਾਰਟ ਕਰਦੇ ਹਾਂ ਵੀਡੀਓ DI 62 ਸੋਨਾਲੀਕਾ ਤੋਂ। ਤੇ ਇਹ ਬਹੁਤ ਜ਼ਿਆਦਾ ਘੱਟ ਮਿਲਣ ਵਾਲਾ ਟਰੈਕਟਰ ਹੈ ਜੀ। ਪੂਰਾ ਚੰਗਾ ਟਰੈਕਟਰ ਆ ਜੀ, ਸਾਰਾ ਓਰੀਜਨਲ ਟਰੈਕਟਰ ਆ। ਠੀਕ ਹੈ ਜੀ। ਚਲੋ ਵੀ ਬਾਕੀ ਦੇਖ ਲਓ, ਬਾਡੀ ਲਾਈਨ ਪੂਰੇ ਵਧੀਆ ਹੈਗੇ ਤੇ ਬਹੁਤ ਜ਼ਿਆਦਾ ਘੱਟ ਮਿਲਣ ਵਾਲਾ ਟਰੈਕਟਰ ਹੈਗਾ ਜੀ। ਓਰੀਜਨਲ ਪਾਵਰ ਸਟੀਅਰਿੰਗ ਆ ਜੀ ਇਹ। ਠੀਕ ਹੈ, ਓਰੀਜਨਲ ਪਾਵਰ ਸਟੀਅਰਿੰਗ ਹੈਗਾ। ਚਲੋ ਵੀ ਬਾਕੀ ਚੈੱਕ ਕਰੋ, ਇਹ ਨਹੀਂ ਹੈਗਾ ਨਾ ਵੀ 100 ਗਲ ਗਈ ਹੋ ਗਿਆ। ਹਾਂ, ਕਿਤੋਂ ਪੂਰਾ ਚੱਲਿਆ ਹੋਇਆ, ਪੂਰਾ ਫੁੱਲ ਸਮਾਈਚ ਬਾਈ ਯਾਰ। ਠੀਕ ਹੈ ਜੀ। ਮਗਰਾੜ ਜਮਾ ਨਵੇਂ ਲੱਗੇ ਆ ਬਾਈ ਇਹਦੇ। ਠੀਕ ਹੈ ਜੀ। ਤੇ ਮਗਰਾੜ ਬਾਈ ਇਹ ਨਵੇਂ ਲੱਗੇ ਹੋਇਆ ਦੁਬਾਰੇ ਦੇ। ਤੇ ਬਾਕੀ ਚੈੱਕ ਕਰ ਲਓ ਬਾਈ ਜੀ ਟਰੈਕਟਰ ਦੇ ਜੀ ਇਹਦੇ। 80-85 ਪੈਸੇ ਟਾਇਰ ਪਿਆ ਜੀ। ਹਾਂਜੀ, ਆਹ ਦੇਖੋ ਜੀ, ਪਿੱਛੋਂ ਕੋਈ ਕਿਰਾਏ ਭਾੜੇ ਤੇ ਨਹੀਂ ਚੱਲਿਆ ਟਰੈਕਟਰ, ਟਰਾਲੇ ਟਰੋਲੇ ਖੇਤੀ ਚ ਟਰੈਕਟਰ ਚੱਲਿਆ ਹੋਇਆ। ਠੀਕ ਹੈ ਜੀ। ਸਾਰਾ ਓਰੀਜਨਲ ਟਰੈਕਟਰ ਜੀ, ਮਗਰਾੜ ਕੱਲੇ ਨਵੇਂ ਲੱਗੇ ਹੋਏ ਆ। ਮਗਰਾੜ ਕੱਲੇ ਨਵੇਂ ਲੱਗੇ ਹੋਏ, ਬਾਕੀ ਬਾਡੀ ਲੈਣ ਦਾ ਓਕੇ। ਹਾਂ ਸਾਰਾ, ਤੇ ਓਰੀਜਨਲ ਪਾਵਰ ਸਟੀਅਰਿੰਗ ਆ ਜੀ ਕੰਪਨੀ ਦਾ। ਠੀਕ ਹੈ ਜੀ, ਓਰੀਜਨਲ ਹੀ। ਹਾਂ ਓਰੀਜਨਲ, ਜੋ ਵੀ ਕੰਪਨੀ ਜੋ ਪਾਵਰ ਹੋਇਆ ਹੋਏਗਾ। 2003 ਮਾਡਲ ਆ ਜੀ। ਠੀਕ ਹੈ ਜੀ। 16 ਦੇ ਟਾਇਰਾਂ ਚ ਬਈ? 16 ਦੇ ਟਾਇਰਾਂ ਚ। ਠੀਕ ਹੈ ਜੀ। 60 ਹਾਰਸ ਪਾਵਰ ਟਰੈਕਟਰ ਆ ਜੀ ਇਹ। 60 ਹਾਰਸ ਪਾਵਰ ਆਗਾ ਓਰੀਜਨਲ ਹੀ? 60 ਹਾਰਸ ਪਾਵਰ ਓਰੀਜਨਲ? 60 ਹਾਰਸ ਪਾਵਰ ਆ ਜੀ। ਠੀਕ ਹੈ ਜੀ। ਲਓ ਵੀ 60 ਹਾਰਸ ਪਾਵਰ ਦਾ ਓਰੀਜਨਲ ਆਗਾ। ਤੇ ਪਾਵਰ ਸਟੀਅਰਿੰਗ ਦੇਖੋ ਬਈ ਜੀ, ਪਹਿਲਾਂ ਅੱਜ ਕੱਲ ਇਹਦਾ ਬੈਕ ਤੇ ਹੁੰਦਾਗਾ, ਇਹਦਾ ਫਰੰਟ ਤੇ ਆਗਾ। ਤੇ ਬਾਕੀ ਚੈੱਕ ਕਰੋ ਬਈ ਜੀ। ਤੇ ਮਾਡਲ ਬਈ ਜੀ? ਮਾਡਲ 2003 ਆ ਜੀ। ਇਹ ਵੀ 2003 ਮਾਡਲ ਆਗਾ। ਤੇ ਜਿਵੇਂ ਮੈਂ ਕਹਿੰਦਾ ਨਾ ਬਈ ਜੀ, ਸੈਂਟਰ ਕੇਅਰ ਆਗਾ ਜੀ। ਹਾਂ, ਸੈਂਟਰ ਕੇਅਰ ਇਹ ਮਿਲਦਾ ਬਹੁਤ ਜ਼ਿਆਦਾ ਘੱਟ, ਬਹੁਤ ਘੱਟ ਮਿਲਦਾ ਜੀ, ਬਹੁਤ ਘੱਟ। ਠੀਕ ਆ ਜੀ। ਤੇ ਇਹਦੀ ਡਿਮਾਂਡ ਬਈ ਜੀ? ਇਹਦੀ ਹੈਗੀ 2,95,000। ਲੈਵੇ ਤਿੰਨ ਮਾਡਲ ਆ, 2,95,000 ਰੁਪਏ ਡਿਮਾਂਡ ਆ। ਬਾਕੀ ਮਾਨਤਾਨ ਹੋ ਜਾਊਗਾ? ਹਾਂ, ਮਾਨਤਾਨ ਕਰ ਦਿਆਂਗੇ ਜੀ ਫੋਨ ਤੇ ਗੱਲਬਾਤ ਕਰਕੇ। ਲੈਵੇ ਬਾਕੀ ਮਾਨਤਾਨ ਹੋ ਜਾਊਗਾ। ਤੇ ਅੱਗੇ ਕਹੇ ਬਈ ਜੀ, ਸਵਰਾਜ 855 ਤੇ 4-star ਆ ਬਈ ਜੀ। ਹਾਂਜੀ ਹਾਂਜੀ। ਤੇ ਲਓ ਬਈ ਜੀ, ਰਿਵਰਸ PTO ਆ ਗਿਆ। ਇਹ ਵੀ ਪਾਵਰ ਸਟੀਅਰਿੰਗ ਆ ਬਈ ਜੀ? ਪਾਵਰ ਸਟੀਅਰਿੰਗ ਆ ਜੀ, ਸਿੰਗਲ ਪੰਪ ਤੇ ਪਾਵਰ ਆ। ਠੀਕ ਹੈ ਜੀ, ਸਿੰਗਲ ਪੰਪ ਤੇ ਪਾਵਰ ਆ। ਇਹ ਮਾਨਸਾ ਨੰਬਰ ਟਰੈਕਟਰ ਆ ਜੀ। ਠੀਕ ਹੈ ਜੀ। ਤੇ ਜੇ ਗੱਲ ਕਰੀਏ ਬੈਟਰੀ ਪੱਖੋਂ ਬਈ? ਪੂਰਾ ਚੰਗਾ ਟਰੈਕਟਰ ਆ ਜੀ, 4-spin ਆ। ਠੀਕ ਹੈ ਜੀ। 75 ਪੈਸੇ ਟਾਇਰ ਆ ਜੀ। ਠੀਕ ਹੈ, 75 ਪੈਸੇ ਟਾਇਰ ਨੇ ਬਈ ਜੀ। ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਜੀ। ਉਹ ਪੋਲੋ ਦਾ ਚੌਕੜਾ ਟਾਇਰਾਂ ਦਾਗਾ ਤੇ 15 ਵਾਲੇ ਟਾਇਰ ਨੇ ਬਈ ਜੀ, ਹਨਾ? ਤੇ ਹਾਂ, ਪਿਛਲੇ 15 ਵਾਲੇ। ਹਾਂ, 14 ਵਾਲੇ ਆਉਂਦੇ ਤੇ 15 ਵਾਲੇ ਪਾਰਕ। ਠੀਕ ਹੈ ਜੀ। ਇਹਦੇ 15 ਵਾਲੇ ਟਾਇਰ ਨੇ ਜੀ। ਤੇ ਇਹ ਮਾਡਲ ਬਈ ਜੀ? ਮਾਡਲ ਹੀ 10 ਆ ਜੀ। ਠੀਕ ਹੈ ਜੀ। ਤੇ ਲਓ ਵੀ 10 ਮਾਡਲ ਆ, ਬਾਡੀ ਲਾਈਨ ਦਾ ਪੂਰਾ ਸਾਫ ਹੈਗਾ ਤੇ ਓਕੇ ਰਿਪੋਰਟ ਹੈਗਾ। ਤੇ ਡੰਡਰ ਰਾਵਲ ਪੱਟੀ ਸਾਰੇ ਨਾਲ ਮਿਲੂਗਾ? ਸਾਰਾ ਕੁਝ, ਸਾਰਾ ਕੁਝ ਆ ਜੀ। ਠੀਕ ਹੈ ਜੀ। ਤੇ ਇਹਦੀ ਡਿਮਾਂਡ ਬਈ ਜੀ? ਇਹਦੀ 3,95,000 ਆ ਜੀ। ਠੀਕ ਹੈ, 3,95,000 ਰੁਪਏ ਡਿਮਾਂਡ ਹੈਗੀ। ਤੇ ਮਾਨਤਾਨ ਬਈ ਜੀ ਕਿੰਨਾ ਕੋਈ? ਮਾਨਤਾਨ ਕਰ ਦਿਆਂਗੇ ਜੀ। ਬਾਕੀ ਮੈਂ ਜਿਹੜਾ ਆਡੀਓ ਵੀਡੀਓ ਦੇਖ ਕੇ ਮਾਨਤਾਨ ਲਾ ਕੇ ਕਰਾਂਗੇ। ਤੇ ਮਾਨਤਾਨ ਬਈ ਕਹਿੰਦਾ ਫੁੱਲ ਕਰ ਦਾਂਗੇ ਜਿਹੜਾ ਵੀਡੀਓ ਦੇਖ ਕੇ ਆਊਗਾ। ਬਾਕੀ ਚੈੱਕ ਕਰੋ ਬਈ, ਡਬਲ ਡਿਸਟ੍ਰੀਬਿਊਟਰ ਕਰਾਇਆ ਬਈ ਜੀ? ਹਾਂ, ਡਬਲ ਡਿਸਟ੍ਰੀਬਿਊਟਰ ਜੀ। ਠੀਕ ਹੈ ਜੀ। ਮੈਂ ਵੀ ਬੈਕ ਸਾਈਡ ਉਹ 11 ਚ ਆਏ ਨਹੀਂ, ਇਹਦੇ ਲਵਾਇਆ ਹੋਇਆ ਜੀ। ਠੀਕ ਹੈ, 11 ਚ ਆਏ ਨਹੀਂ ਬਈ, ਮੰਨ ਕੇ ਚਲੋ ਅਲੱਗ ਤੋਂ ਖਰਚਾ ਕਰਿਆ ਹੋਇਆ ਇਹਦੇ ਉੱਤੇ। ਹਾਂਜੀ ਹਾਂਜੀ। ਲੈ ਬਈ ਜੀ, ਮਾਨਸਾ ਦਾ ਨੰਬਰ ਹੈਗਾ PV 31 31 ਜੀ, ਸਿੱਧੂ ਮੂਸੇਵਾਲਾ ਨੰਬਰ ਜੀ। ਠੀਕ ਹੈ, ਸਿੱਧੂ ਮੂਸੇਵਾਲ ਦੇ ਏਰੀਆ ਦਾ ਕਲਚ ਆ ਵੀ ਕੰਪਨੀ ਦਾ। ਲੈ ਬਈ ਅੱਗੇ ਆ ਗਿਆ 475 ਡਬਲ ਕਲਚ ਆ ਬਈ ਜੀ। ਹਾਂ, ਡਬਲ ਕਲਚ ਆ ਜੀ। ਠੀਕ ਹੈ ਜੀ। ਬਈ ਜੀ, ਡਬਲ ਕਲਚ ਹੈਗਾ, 475 ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ। ਜੇ ਮਗਰਾਟਾਂ ਦੀ ਗੱਲ ਕਰੀਏ ਬਈ ਜੀ, ਮਗਰਾੜ ਕੱਲੇ ਰੰਗ ਹੋਏ ਆ ਜੀ ਟਰੈਕਟਰ ਦੇ। ਠੀਕ ਹੈ ਜੀ। ਬਾਕੀ ਸਾਰਾ ਟਰੈਕਟਰ ਹੈ ਜੀ ਨਾਲ। ਠੀਕ ਹੈ ਜੀ। ਮਗਰਾਟ ਰੰਗ ਹੋਇਆ ਬਈ ਜੀ, ਕਿਉਂਕਿ ਬਾਕੀ ਦਿਖ ਵੀ ਰਹੇ ਨੇ, ਕਿਉਂਕਿ ਬਈ ਇਸ ਲਈ ਮੈਂ ਬਾਈ ਤੋਂ ਪੁੱਛਿਆ ਸੀਗਾ ਮਗਰਾਟ। ਤੇ ਟਾਇਰ ਬਈ ਜੀ ਇਹਦੇ
ਟਾਇਰ ਅਗਲੇ 70 ਕੇ ਪੈਸੇ ਹੋਣਗੇ ਜੀ, ਪਿਛਲੇ 45 ਕੇ ਪੈਸੇ ਆ। ਠੀਕ ਹੈ, ਪਿਛਲੇ 45 ਕੇ ਪੈਸੇ ਹੈਗੇ। ਡਬਲ ਕਲਚ ਆ ਜੀ ਇਹ। ਠੀਕ ਹੈ, ਡਬਲ ਕਲਚ ਹੈਗਾ। ਇੰਜਨ ਪੱਖੋਂ ਬਾਈ ਜੀ ਪੂਰਾ ਘੈਂਟ ਟਰੈਕਟਰ ਆ ਜੀ। ਪੂਰਾ ਘੈਂਟ ਛੋਟੇ ਜ਼ਿਮੀਦਾਰ ਵਾਸਤੇ ਤਾਂ ਉਹ ਵੀ ਬੈਸਟ ਹੈ। ਪੂਰਾ ਪੂਰਾ ਵਧੀਆ, ਡੀਜ਼ਲ ਖਰਚਾ ਬਹੁਤ ਘੱਟ ਜੀ। ਡੀਜ਼ਲ ਖਰਚਾ ਬਾਈ ਜੀ ਜਿਵੇਂ ਕਹਿੰਦੇ ਪਲਟੀਨੇ ਵਾਲਾ ਕੰਮ ਹੈਗਾ ਇਹ ਟਰੈਕਟਰ। ਹਾਂਜੀ ਹਾਂਜੀ ਹਾਂਜੀ। ਤੇ ਬੈਟਰੀ ਪੱਖੋਂ ਵੀ ਬਾਈ ਕਹਿੰਦਾ ਉਹ ਬਾਕੀ ਡਬਲ ਕਲਚ ਬਹੁਤ ਟਰੈਕਟਰ ਘੱਟ ਆਏ ਜੀ। ਠੀਕ ਹੈ ਜੀ। ਤੇ ਬਹੁਤ ਜ਼ਿਆਦਾ ਘੱਟ ਆਇਆ, ਹਾਈ ਸਪੀਡ ਵਾਲਾ ਨਾ ਬਾਈ ਜੀ। ਹਾਈ ਸਪੀਡ ਵਾਲਾ ਜੀ। ਠੀਕ ਹੈ ਜੀ। ਤੇ ਮਾਡਲ ਬਾਈ ਜੀ? ਮਾਡਲ 2001 ਜੀ। ਠੀਕ ਹੈ ਜੀ। ਤੇ ਇਹਦੀ ਡਿਮਾਂਡ ਬਾਈ ਜੀ? 1,85,000 ਰੁਪਇਆ ਜੀ। ਲੈ ਵੀ ਜੀ 1,85,000 ਰੁਪਇਆ ਡਿਮਾਂਡ ਹੈਗੀ, ਤੇ ਬਾਕੀ ਮੌਕੇ ਤੇ ਮਾਨਦਾਨ ਹੋ ਜੂਗਾ, ਛਾਤਰੀ ਵਗੈਰਾ ਲੱਗੀ ਆ, ਬਾਕੀ ਡੰਡਾ ਡਰਾਵਲ ਤੁਹਾਨੂੰ ਨਾਲ ਮਿਲੂਗਾ। ਤੇ ਅਗਲਾ ਬਾਈ ਜੀ? ਅਗਲਾ 6500 ਹਾਲੈਂਡ ਆ ਜੀ ਆਪਣੇ ਕੋਲ। ਤੇ ਲਓ ਬਾਈ ਜੀ ਇਹ ਟਰੈਕਟਰ ਵੀ 1,4500 ਆ ਤੇ 1,6500 ਆ। ਇਹ ਟਰੈਕਟਰ ਵੀ ਮੰਡੀ ਚ ਤੁਹਾਨੂੰ ਟਾਵੇਂ ਟਾਵੇਂ ਮਿਲਣਗੇ, ਇੱਕ ਅੱਧੇ ਮਿਲਦਾ ਜੀ। ਇਹ 65 ਹਾਰਸ ਪਾਵਰ ਟਰੈਕਟਰ ਆ ਜੀ, 3 ਸਪੀਡ ਆ। ਠੀਕ ਆ ਜੀ, 3 ਸਪੀਡ ਡਬਲ ਡਿਸਟ੍ਰੀਬਿਊਟਰ ਆ। ਠੀਕ ਆ ਜੀ, ਡਬਲ ਕੰਪਨੀ ਦਾ। ਠੀਕ ਆ ਜੀ, ਆ ਵੀ ਟੌਪ ਮਾਡਲ ਟਰੈਕਟਰ ਹੈਗਾ, ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਾਈ ਜੀ। ਤੇ ਓਕੇ ਰਿਪੋਰਟ ਚਾਹੀਦੀ ਹੈ। 10 ਮਾਡਲ ਪੂਰਾ ਓਕੇ ਟਰੈਕਟਰ ਆ ਜੀ, 10 ਮਾਡਲ ਟਰੈਕਟਰ ਆ। ਲੈ ਬਾਈ ਜੀ ਪਾਵਰ ਹੈਗਾ ਰਿਜਨਲ, ਪਾਵਰ ਸਟੀਅਰਿੰਗ ਆ, ਬਠਿੰਡਾ ਲੰਬਰ ਆ ਜੀ। ਠੀਕ ਹੈ, ਬਠਿੰਡੇ ਦਾ PV03 ਜੀ। ਤੇ ਬਾਡੀ ਲੈਣ ਦਾ ਗੱਲ ਕਰੀਏ ਬਾਈ ਜੀ, ਸਾਰਾ ਰਿਜਨਲ ਹੀ ਆ? ਸਾਰਾ ਰਿਜਨਲ ਟਰੈਕਟਰ ਆ ਜੀ। ਆਮਾ ਠੀਕ ਹੈ, ਇੰਜਨ ਗੇਅਰ ਪੱਖੋਂ ਬਾਈ ਜੀ ਓਕੇ ਆ ਜੀ? ਆਮਾ ਠੀਕ ਹੈ ਜੀ, ਓਕੇ ਰਿਪੋਰਟ ਆ ਬਾਈ ਕਹਿੰਦਾ। ਚਲੋ ਵੀ ਬਾਕੀ ਚੈੱਕ ਵੀ ਕਰ ਲਓ, ਟਰੈਕਟਰ ਵੀ ਪੂਰਾ ਸਾਫ ਪਿਆਗਾ, ਰਿਜਨਲ ਹੀ ਆ, ਰਿਜਨਲ ਆ ਜਿਹੜਾ ਹੈ, ਕੰਪਨੀ ਦਾ ਕੋਈ ਬਾਅਦ ਚ ਕੁਝ ਨਹੀਂ ਆ ਜੀ, ਰਿਜਨਲ ਹੀ ਪਾਵਰ ਆਇਆ ਇਹ। ਠੀਕ ਹੈ ਜੀ। ਤੇ ਇੱਕ ਇਹ ਹੈਗਾ, 1,45 ਦਾ ਗਿਆ ਨਾ ਬਾਈ ਜੀ, 1,55 ਦਾ, ਇਹ ਟਰਬੋ ਵਾਲਾ ਆ ਜਾਂਦਾ ਬਾਈ ਜੀ? ਟਰਬੋ ਸੁਪਰ, ਟਰਬੋ ਵਾਲਾ ਹੀ ਆ ਜੀ। ਠੀਕ ਹੈ ਜੀ, ਟਰਬੋ ਸੁਪਰ ਚ ਆ ਗਿਆ ਬਾਈ ਜੀ। ਹਾਂਜੀ ਹਾਂਜੀ। ਤੇ ਇਹਦੀ ਡਿਮਾਂਡ ਬਾਈ ਜੀ? ਇਹ ਜੀ 5,90,000 ਰੁਪਇਆ ਜੀ। ਠੀਕ ਹੈ ਜੀ। ਤੇ ਮੌਕੇ ਤੇ ਬਾਈ ਜੀ ਮਾਨਦਾਨ ਕਰ ਦਿਆਂਗੇ ਜੀ? ਮਾਨਦਾਨ ਹੋ ਜੂਗਾ ਪੂਰਾ ਜੀ? ਪੂਰਾ। ਠੀਕ ਹੈ, ਬਾਕੀ ਮੌਕੇ ਤੇ ਮਾਨਦਾਨ ਆ ਜੀ। ਅੱਗੇ ਹੈਗਾ 35 ਦਾ ਬਾਈ ਜੀ? ਹਾਂ, 3500 ਸੋਨਾਲੀਕਾ ਜੀ। ਲੈ ਵੀ ਅੱਗੇ ਹੈਗਾ ਸੋਨਾਲੀਕਾ 35 ਦਾ, ਪੱਠੇ ਵਾਲੇ ਵਾਸਤੇ ਪੂਰਾ ਬੈਸਟ ਟਰੈਕਟਰ, ਓਰੀਜਨਲ ਡਬਲ ਕਲਚ ਟਰੈਕਟਰ ਆ ਜੀ। ਠੀਕ ਹੈ ਜੀ, ਕੰਪਨੀ ਰਿਕਾਰਡ। ਹਾਂ, ਸੂਰ ਦਾ ਨੰਬਰ ਇਹਦਾ, 13 ਮਾਡਲ ਆ। 13 ਮਾਡਲ ਆ, ਸੰਗਰੂਰ ਦਾ ਨੰਬਰ ਆ, 13-13 ਕਹਿ ਲਈਏ ਆਪਾਂ। ਹਾਂਜੀ। ਤੇ ਸਾਦੀ ਕਟਾਈ ਵਾਲਾ ਬਾਈ ਜੀ? ਹਾਂ, ਸਾਦੀ ਕਟਾਈ ਹੈ ਜੀ। ਠੀਕ ਹੈ, ਪੱਠੇ ਵਾਲੇ ਵਾਸਤੇ ਪੂਰਾ ਬੈਸਟ ਹੈਗਾ, ਫਰੰਟ ਆਰ ਦਾ ਖੇਤੀ ਵਾਸਤੇ ਵਧਗਾ ਜੀ। ਠੀਕ ਹੈ ਜੀ। ਤੇ ਫਰੰਟ ਆਰ ਦਾ ਨਵੀਂ ਨੇ ਤੇ ਬੈਕ ਟਾਇਰ ਬਾਈ ਜੀ ਕਿੰਨੇ ਕੁ ਪੈਸੇ ਪੈਣਗੇ? ਹੈਗਾ ਜੀ 75-80 ਹਜ਼ਾਰ ਰੁਪਏ। ਠੀਕ ਹੈ ਜੀ, 75-80 ਹਜ਼ਾਰ ਬੈਕ ਟਾਇਰ, ਪੂਰਾ ਚੰਗਾ ਟਰੈਕਟਰ ਆ ਜੀ। ਠੀਕ ਹੈ ਜੀ, ਬਾਕੀ ਚੈੱਕ ਕਰ ਲਓ ਬਾਈ ਜੀ। ਤੇ 6-3 ਜਾ ਬਾਈ ਜੀ? ਹਾਂ, 6-3 ਆ ਜੀ। ਠੀਕ ਹੈ ਜੀ, ਆਮ 21-3 ਚਾਹੁੰਦੇ ਨੇ ਬਾਈ ਜੀ, ਇਹ 6-3 ਵਾਲਾ ਹੈਗਾ ਜੋ ਬਾਈ ਜੀ ਦੇਖ ਸਕਦੇ ਹੋਗੇ। ਤੇ ਨਵੇਂ ਵਾਂਗੂ ਪਿਆਗਾ ਪੂਰਾ ਟਰੈਕਟਰ, ਤੇ ਮਾਡਲ 13 ਗਾ ਬਾਈ ਜੀ? ਹਾਂਜੀ, ਮਾਡਲ 13 ਜੀ। ਠੀਕ ਹੈ ਜੀ। ਤੇ ਡਿਮਾਂਡ ਬਾਈ ਜੀ ਇਹਦੀ? ਇਹਦੀ 3.25 ਲੱਖ ਰੁਪਏ ਡਿਮਾਂਡ ਆ ਰਹੀ ਜੀ। ਠੀਕ ਹੈ ਜੀ, ਤੇ ਮੌਕੇ ਤੇ ਜੀ ਮੌਕੇ ਤੇ ਮਾਨਤਾਨ ਕਰ ਦਿਆਂਗੇ ਜੀ, ਜੇ ਬਤਾਓ ਬਾਕੀ ਮੌਕੇ ਤੇ। ਹਾਂ, ਕਰ ਦਿਆਂਗੇ। ਠੀਕ ਹੈ ਜੀ, ਤੇ ਹੋਰ ਵੀ ਟਰੈਕਟਰ ਹੋਣਗੇ? ਆਪਣੇ ਕੋਲ ਆਹੀ ਟਰੈਕਟਰ ਆ ਜੀ। ਠੀਕ ਹੈ ਜੀ, ਠੀਕ ਹੈ ਬਾਈ ਜੀ, ਗੱਲ ਕਰਦੇ ਹਾਂ। ਲੱਗਿਆ, ਧੰਨਵਾਦ। ਲਓ ਬਾਈ ਜੀ, ਵੀਡੀਓ ਕਿਵੇਂ ਲੱਗੀ ਲਾਈਕ ਕਰ ਦੇ, ਕਮੈਂਟ ਕਰ ਦੇ, ਚੈਨਲ ਨੂੰ ਕਰ ਲੈ ਫੋਲੋ। ਧੰਨਵਾਦ।